ਸਵਰਗੀ ਸੰਸਦ ਵਿਨੋਦ ਖੰਨਾ ਦੀ ਮੌਤ ਦੇ ਬਾਅਦ ਸੰਸਦੀ ਹਲਕਾ ਗੁਰਦਾਸਪੁਰ ਚ ਹੋਏ ਉਪ ਚੁਣਾਵਾਂ ਦੇ ਦੌਰਾਨ ਭਾਜਪਾ ਦੇ ਵੱਲੋਂ ਸਵਰਨ ਸਲਾਰੀਆ ਨੂੰ ਮੈਦਾਨ ਚ ਉਤਾਰਿਆ ਗਿਆ ਸੀ, ਜਿਸ ਵਿਚ ਸਵਰਨ ਸਲਾਰੀਆ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਅਤੇ ਚੋਣਾਂ ਦੇ ਦੌਰਾਨ ਕਾਂਗਰਸ ਦੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਸਵਰਨ ਸਿੰਘ ਸਲਾਰੀਆ ਉੱਤੇ ਕਈ ਸੰਗੀਨ ਆਰੋਪ ਲਗਾਏ ਗਏ ਸੀ, ਜਿਸ ਦੇ ਚਲਦਿਆਂ ਸਵਰਨ ਸਿੰਘ ਸਲਾਰੀਆ ਵੱਲੋਂ ਪਠਾਨਕੋਟ ਦੀ ਅਦਾਲਤ ਚ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਤੇ ਕੇਸ ਫਾਇਲ ਕੀਤਾ। ਇਸ ਮਾਮਲੇ ਤੇ ਜਾਣਕਾਰੀ ਦੇਣ ਲਈ ਸਲਾਰੀਆ ਦੀ ਵਕੀਲ ਨੇ ਮੀਡੀਆ ਦੇ ਰੂਬਰੂ ਹੋ ਕੇ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ। गुरदासपुर के इलेक्शन में अक्टूबर के महीने में फर्स्ट वीक में कुछ बयान जो है मनप्रीत सिंह बादल जी और नवजोत सिंह सिद्धू जी की तरफ से जो है सलारिया जी के ऊपर काफी इंटेंशनली विलफुली डिफेमेटरी बयान जो जारी किए गए थे, उसके लिए सलारिया जी ने उनको लीगल नोटिस भी सर्व किया था कि वो उस चीज के लिए माफी मांगे, और पर इसके बावजूद उनकी तरफ से कोई माफी रिटर्न माफी नहीं आई और मजबूरन हमें जो है अपने कोर्ट सीजीएम साहब के पास आज हमने केस क्रिमिनल कंप्लेंट जो है अंडर सेक्शन 500 501 आरपीसी जो है फाइल किया है, जो एविडेंसेस के लिए नेक्स्ट डे 20 अप्रैल फॉर द प्रिलिमिनरी एविडेंस वो फिक्स हो गया। इस मौके ते स्वर्ण सिंह सलारिया ने भी मीडिया नाल गलबात कीती ते दस्या कि केस द्वारा उन्होंने नवजोत सिंह सिद्धू अते मनप्रीत बादल नूं आरोपां नूं साबित करन लई कहा है। मैं हुण इह कहना चाहुंदा तुहानूं कि अज क्रिमिनल डिफेमेशन केस कोर्ट च असीं फाइल कीता और इहदी नैक्सट डेट 20 अप्रैल हैगी है एविडेंस वास्ते, और मैं कह रहा कि मैसेज आना चाहिए पूरे ਲੀਡਰਸ਼ਿਪ ਨੂੰ, ਉਹ ਕੋਈ ਵੀ ਲੀਡਰਸ਼ਿਪ ਹੋਏ ਕਿ ਕੋਈ ਆਪਣੇ ਫਾਇਦੇ ਵਾਸਤੇ ਤੁਸੀਂ ਦੂਸਰੇ ਦਾ ਕਿਸੇ ਦਾ ਕਰੈਕਟਰ ਨੂੰ ਡੈਮੇਜ ਨਹੀਂ ਕਰ ਸਕਦੇ, ਅਗਰ ਕਰੋਗੇ ਤੇ ਇਹੀ ਤੁਹਾਡਾ ਹਾਲ ਹੋਏਗਾ। ਇਸ ਵਾਸਤੇ ਮੈਂ ਇਹ ਸਟੈਪ ਲੈ ਕੇ ਅੱਜ ਇਹ ਦੋਨੋਂ ਮਿਨਿਸਟਰਾਂ ਦੇ ਅਗੇਂਸਟ ਇਹ ਕ੍ਰਿਮੀਨਲ ਡਿਫਾਮੇਸ਼ਨ ਕੇਸ ਫਾਈਲ ਕੀਤਾ ਇਸ ਕੋਰਟ ਚ। ਇਸ ਦੇ ਨਾਲ ਹੀ ਸਵਰਨ ਸਲਾਰੀਆ ਨੇ ਇਹ ਵੀ ਦੱਸਿਆ ਕਿ ਜੇਕਰ ਉਹ ਆਰੋਪਾਂ ਨੂੰ ਸਾਬਿਤ ਨਾ ਕਰ ਸਕੇ ਤਾਂ ਸਲਾਰੀਆ ਵੱਲੋਂ ਉਹਨਾਂ ਉੱਪਰ ਮਾਣਹਾਨੀ ਦਾ ਕੇਸ ਵੀ ਜਲਦ ਦਰਜ ਕੀਤਾ ਜਾਵੇਗਾ। ਪਠਾਨਕੋਟ ਤੋਂ ਲਾਪ੍ਰਿਤ ਸਿੰਘ ਦੀ ਰਿਪੋਰਟ।